ਹਾਂਜੀ ਪਿਆਰੇ ਵਿਦਿਆਰਥੀਓ ਅੱਜ ਆਪਾਂ ਆਪਣੀ 8ਵੀਂ ਕਲਾਸ ਦੀ ਬੋਰਡ ਦੀ ਪ੍ਰੀਖਿਆ ਦੀ ਤਿਆਰੀ ਦੇ ਲਈ 3 ਅੰਕਾਂ ਵਾਲੇ ਪ੍ਰਸ਼ਨ ਡਿਸਕਸ ਕਰਾਂਗੇ ਤੇ ਦੇਖੋ ਬੱਚੇ ਪਹਿਲਾ ਪ੍ਰਸ਼ਨ ਹੈ ਖੇਤਾਂ ਵਿੱਚ ਲਗਾਤਾਰ ਫਸਲਾਂ ਬੀਜਣ ਨਾਲ ਭੂਮੀ ਤੇ ਕੀ ਪ੍ਰਭਾਵ ਪੈਂਦਾ ਹੈ ਤੇ ਦੇਖੋ ਬੱਚੇ ਜਦੋਂ ਅਸੀਂ ਲਗਾਤਾਰ ਖੇਤਾਂ ਦੇ ਵਿੱਚ ਫਸਲਾਂ ਬੀਜੀ ਜਾਂਦੇ ਆ ਤਾਂ ਇਸ ਨਾਲ ਕੀ ਹੁੰਦਾਗਾ ਭੂਮੀ ਦੇ ਵਿੱਚ ਪੋਸ਼ਕ ਤੱਤਾਂ ਦੀ ਕਮੀ ਹੋ ਜਾਂਦੀ ਹੈ ਅਤੇ ਫਸਲਾਂ ਜਿਹੜੀਆਂ ਸਾਡੀਆਂ ਉਹ ਕਮਜ਼ੋਰ ਹੋ ਜਾਂਦੀਆਂ ਨੇ ਜਾਂ ਚੰਗੀ ਤਰ੍ਹਾਂ ਨਹੀਂ ਹੋ ਪਾਉਂਦੀਆਂ ਇਸ ਲਈ ਫਸਲਾਂ ਨੂੰ ਸਿਹਤਮੰਦ ਕਰਨ ਦੇ ਲਈ ਜਿਹੜੇ ਕਿਸਾਨ ਨੇ ਉਹ ਕੀ ਕਰਦੇ ਆ ਬੱਚੇ ਖੇਤਾਂ ਦੇ ਵਿੱਚ ਖਾਦ ਪਾਉਂਦੇ ਹਨ ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ ਹਰ ਇੱਕ ਦੀਆਂ ਦੋ ਦੋ ਉਦਾਹਰਣਾਂ ਦਿਓ ਹਾਂਜੀ ਪਹਿਲਾਂ ਦੇਖੋ ਖਰੀਫ ਜਾਂ ਸੌਣੀ ਦੀਆਂ ਫਸਲਾਂ ਦੇ ਉਦਾਹਰਣ ਕਿਹੜੀਆਂ ਬੱਚੇ ਚਾਵਲ ਮੱਕੀ ਕਪਾਹ ਤੇ ਰਬੀ ਦੀਆਂ ਫਸਲਾਂ ਦੇ ਉਦਾਹਰਣ ਕਿਹੜੀਆਂ ਬੱਚੇ ਰਬੀ ਦੀਆਂ ਫਸਲਾਂ ਕਿਹੜੀਆਂ-ਕਿਹੜੀਆਂ ਨੇ ਕਣਕ ਛੋਲੇ ਮਟਰ ਹਾਂਜੀ ਇਸ ਤੋਂ ਬਾਅਦ ਬੱਚੇ ਅਗਲਾ ਪ੍ਰਸ਼ਨ ਦੇਖੋ ਨਾਈਲੋਨ ਰੇਸ਼ੇ ਤੋਂ ਨਿਰਮਿਤ ਤਿੰਨ ਵਸਤਾਂ ਦੇ ਨਾਂ ਦੱਸੋ ਜੋ ਨਾਈਲੋਨ ਰੇਸ਼ੇ ਦੀ ਮਜ਼ਬੂਤੀ ਦਰਸਾਉਂਦੇ ਹੋਣ ਹਾਂਜੀ ਬੱਚੇ ਨਾਈਲੋਨ ਰੇਸ਼ੇ ਤੋਂ ਬਣੀਆਂ ਤਿੰਨ ਵਸਤਾਂ ਜਿਹੜੀਆਂ ਕਿ ਨਾਈਲੋਨ ਰੇਸ਼ੇ ਦੀ ਮਜ਼ਬੂਤੀ ਦਰਸਾਉਂਦੀਆਂ ਨੇ ਉਹ ਕਿਹੜੀਆਂ ਨੇ ਦੇਖੋ ਪਹਾੜਾਂ ਤੇ ਚੜਨ ਲਈ ਵਰਤੇ ਜਾਣ ਵਾਲੇ ਪੈਰਾਸ਼ੂਟ ਅਤੇ ਰਸੇ ਇਹ ਨਾਈਲੋਨ ਰੇਸ਼ੇ ਦੇ ਬਣਦੇ ਨੇ ਖੇਡਾਂ ਦਾ ਸਮਾਨ ਨਾਈਲੋਨ ਰੇਸ਼ੇਾਂ ਤੋਂ ਹੀ ਬਣਦਾ ਹੈ ਨਾਈਲੋਨ ਰੇਸ਼ੇਾਂ ਤੋਂ ਕਾਰਾਂ ਦੀਆਂ ਸੀਟਾਂ ਦੇ ਕਵਰ 슬ੀਪਿੰਗ ਬੈਗ ਅਤੇ ਮੱਛੀਆਂ ਫੜਨ ਵਾਲੇ ਜਾਲ ਆਦਿ ਵੀ ਬਣਾਏ ਜਾਂਦੇ ਨੇ ਜੋ ਨਾਈਲੋਨ ਰੇਸ਼ੇ ਦੀ ਮਜ਼ਬੂਤੀ ਨੂੰ ਦਰਸਾਉਂਦੇ ਹਨ ਹਾਂਜੀ ਇਸ ਤੋਂ ਬਾਅਦ ਬੱਚੇ ਅਗਲਾ ਪ੍ਰਸ਼ਨ ਦੇਖੋ ਰਾਣਾ ਗਰਮੀਆਂ ਦੀਆਂ ਕਮੀਜ਼ਾਂ ਖਰੀਦਣਾ ਚਾਹੁੰਦਾ ਹੈ ਉਸ ਨੂੰ ਸੂਤੀ ਕਮੀਜ਼ਾਂ ਖਰੀਦਣੀਆਂ ਚਾਹੀਦੀਆਂ ਹਨ ਜਾਂ ਸੰਸਰਿਤ ਕਾਰਨ ਸਹਿਤ ਰਾਣਾ ਨੂੰ ਸਲਾਹ ਦਿਓ ਹੁਣ ਦੇਖੋ ਬੱਚੇ ਜਿਹੜੀਆਂ ਸੂਤੀ ਕਮੀਜ਼ਾਂ ਨੇ ਸੂਤੀ ਕਮੀਜ਼ਾਂ ਪਸੀਨਾ ਸੋਖ ਲੈਂਦੀਆਂ ਨੇ ਜਦੋਂ ਪਸੀਨਾ ਵਾਸ਼ਪਿਤ ਹੁੰਦਾ ਹੈ ਤਾਂ ਸਰੀਰ ਨੂੰ ਕੀ ਹੈਗਾ ਠੰਡਕ ਮਿਲਦੀ ਹੈ ਇਸ ਲਈ ਰਾਣੇ ਨੂੰ ਗਰਮੀਆਂ ਵਿੱਚ ਸੂਤੀ ਕਮੀਜ਼ਾਂ ਖਰੀਦਣੀਆਂ ਚਾਹੀਦੀਆਂ ਨੇ ਨਾ ਕਿ ਸੰਸਕ੍ਰਿਤ ਰੇਸ਼ੇ ਤੋਂ ਬਣੀਆਂ ਕਮੀਜ਼ਾਂ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਸੀ ਐਨ ਜੀ ਅਤੇ ਐਲ ਪੀ ਜੀ ਦੀ ਬਾਲਣ ਦੇ ਰੂਪ ਵਿੱਚ ਵਰਤੋਂ ਕਰਨ ਦੇ ਕੀ ਲਾਭ ਹਨ ਹਾਂਜੀ ਸੀ ਐਨ ਜੀ ਅਤੇ ਐਲ ਪੀ ਜੀ ਨੂੰ ਬਾਲਣ ਦੇ ਰੂਪ ਵਿੱਚ ਵਰਤਣ ਦੇ ਫਾਇਦੇ ਕੀ ਨੇ ਹਾਂਜੀ ਸੀਐਨਜੀ ਅਤੇ ਐਲਪੀਜੀ ਦੀ ਬਾਲਣ ਦੇ ਰੂਪ ਵਿੱਚ ਵਰਤੋਂ ਕਰਨ ਦੇ ਹੇਠ ਲਿਖੇ ਲਾਭ ਨੇ ਪਹਿਲਾਂ ਤਾਂ ਦੇਖੋ ਇਹ ਸੌਖੇ ਉਪਲਬਧ ਨੇ ਇਹ ਬਾਲਣ ਤੇ ਜ਼ਿਆਦਾ ਤਾਪ ਊਰਜਾ ਪੈਦਾ ਕਰਦੇ ਨੇ ਇਹ ਬਾਲਣ ਤੇ ਜ਼ਿਆਦਾ ਧੂੰਆਂ ਪੈਦਾ ਨਹੀਂ ਕਰਦੇ ਇਹਨਾਂ ਨੂੰ ਇੱਕ ਥਾਂ ਤੋਂ ਦੂਜੀ ਥਾਂ ਲੈ ਜਾਣਾ ਆਸਾਨ ਹੈ ਇਹ ਆਸਾਨੀ ਦੇ ਨਾਲ ਜਲਦੇ ਹਨ ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ ਕੋਕ ਦੇ ਗੁਣ ਅਤੇ ਵਰਤੋਂ ਦਾ ਵਰਣਨ ਕਰੋ ਹਾਂਜੀ ਕੋਕ ਦੇ ਗੁਣ ਕੀ ਨੇ ਇਹ ਕਠੋਰ ਹੁੰਦਾ ਹੈ ਇਹ ਮਸਾਮਦਾਰ ਹੁੰਦਾ ਹੈ ਇਹ ਇੱਕ ਕਾਲਾ ਪਦਾਰਥ ਹੈ ਹੁਣ ਇਸ ਦੀ ਵਰਤੋਂ ਕੀ ਹੈ ਕੋਕ ਦੀ ਇਹ ਲੋਹੇ ਦੇ ਉਦਯੋਗਿਕ ਨਿਰਮਾਣ ਵਿੱਚ ਵਰਤਿਆ ਜਾਂਦਾ ਹੈ ਇਹ ਧਾਤਾਂ ਦੇ ਨਿਸ਼ਕਰਸ਼ਣ ਵਿੱਚ ਵੀ ਵਰਤਿਆ ਜਾਂਦਾ ਹੈ ਹਾਂਜੀ ਬੱਚੇ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਤੱਕੇ ਜਾਂ ਖਿਚਾਹ ਦੇ ਦੁਆਰਾ ਵਸਤੂਆਂ ਦੀ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਦੀਆਂ ਦੋ ਦੋ ਉਦਾਹਰਣਾਂ ਦਿਓ ਹਾਂਜੀ ਬੱਚੇ ਆਪਾਂ ਨੇ ਤੱਕੇ ਜਾਂ ਖਿਚਾਹ ਦੇ ਕਾਰਨ ਵਸਤੂਆਂ ਦੇ ਵਿੱਚ ਜਿਹੜੀ ਗਤੀ ਦੀ ਅਵਸਥਾ ਹੈਗੀ ਉਹਦੇ ਵਿੱਚ ਪਰਿਵਰਤਨ ਦੀਆਂ ਦੋ ਦੋ ਉਦਾਹਰਣਾਂ ਦੇਣੀਆਂ ਨੇ ਹੁਣ ਦੇਖੋ ਤੱਕੇ ਦੁਆਰਾ ਵਸਤੂਆਂ ਦੀ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਦੀਆਂ ਉਦਾਹਰਣਾਂ ਕਿਹੜੀਆਂ ਨੇ ਫੁੱਟਬਾਲ ਨੂੰ ਖਿਡਾਰੀ ਦੁਆਰਾ ਠੋਕਰ ਮਾਰ ਕੇ ਆਪਣੇ ਸਾਥੀ ਵੱਲ ਧੱਕਣਾ ਤਾਂ ਜਦੋਂ ਖਿਡਾਰੀ ਫੁੱਟਬਾਲ ਖੇਡਦੇ ਨੇ ਤਾਂ ਉਹ ਪੈਰ ਦੇ ਨਾਲ ਗੇਂਦ ਨੂੰ ਠੋਕਰ ਮਾਰਦੇ ਨੇ ਤੇ ਉਹ ਆਪਣੇ ਸਾਥੀ ਵੱਲ ਗੇਂਦ ਨੂੰ ਧੱਕਦੇ ਹਨ ਦੂਜਾ ਉਦਾਹਰਣ ਕੀ ਹੈ ক্রিকেট ਮੈਚ ਵਿੱਚ ਖਿਡਾਰੀ ਦੁਆਰਾ ਬੈਟ ਨਾਲ ਗੇਂਦ ਨੂੰ ਟੱਕਣਾ ਤਾਂ ਜਦੋਂ ক্রিকেট ਖੇਡਦੇ ਨੇ ਬੱਚੇ ਤਾਂ ਕੀ ਹੈਗਾ ਜਦੋਂ ਗੇਂਦ ਹੈ ਖਿਡਾਰੀ ਵੱਲ ਆਉਂਦੀ ਹੈ ਤਾਂ ਖਿਡਾਰੀ ਬੈਟ ਦੇ ਨਾਲ ਕੀ ਹੈ ਗੇਂਦ ਨੂੰ ਪਰੇ ਧੱਕਦੇ ਹਨ ਅਗਲਾ ਹੈਗਾ ਖਿਚਾ ਦੁਆਰਾ ਵਸਤੂਆਂ ਦੀ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਦੀ ਉਦਾਹਰਨਾਂ ਹਾਂਜੀ ਹੁਣ ਆਪਾਂ ਦੇਖਣਾ ਕਿ ਖਿੱਚ ਦੁਆਰਾ ਵਸਤੂ ਦੀ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਕਿਸ ਤਰ੍ਹਾਂ ਹੁੰਦਾ ਹੈ ਦੇਖੋ ਇਹਦੀ ਉਦਾਹਰਨ ਹੈ ਖੂਹ ਵਿੱਚੋਂ ਪਾਣੀ ਨਾਲ ਭਰੀ ਬਾਲਟੀ ਨੂੰ ਖਿੱਚਣਾ ਕਿਸੇ ਮੇਜ਼ ਦੇ ਦਰਾਜ ਨੂੰ ਖਿੱਚ ਕੇ ਖੋਲਣਾ ਹਾਂਜੀ ਇਸ ਤੋਂ ਬਾਅਦ ਬੱਚੇ ਅਗਲਾ ਪ੍ਰਸ਼ਨ ਦੇਖੋ ਅਜਿਹੇ ਦੋ ਉਦਾਹਰਨਾਂ ਦਿਓ ਜਿਨ੍ਹਾਂ ਵਿੱਚ ਲਾਏ ਗਏ ਬਲ ਦੁਆਰਾ ਵਸਤੂ ਦੀ ਬਨਾਵਟ ਜਾਂ ਸ਼ਕਲ ਵਿੱਚ ਪਰਿਵਰਤਨ ਹੋ ਜਾਂਦਾ ਹੈ। ਹਾਂਜੀ ਹੁਣ ਆਪਾਂ ਨੇ ਦੋ ਉਦਾਹਰਨਾਂ ਦੇਣੀਆਂ ਨੇ ਜਿਹਦੇ ਨਾਲ ਕੀ ਹੈਗਾ ਲਗਾਏ ਗਏ ਬਲ ਦੁਆਰਾ ਵਸਤੂ ਦੀ ਬਨਾਵਟ ਜਾਂ ਸ਼ਕਲ ਵਿੱਚ ਪਰਿਵਰਤਨ ਹੋ ਜਾਂਦਾ ਹੈ। ਦੇਖੋ ਪਹਿਲੀ ਉਦਾਹਰਨ ਕੀ ਹੈ ਗੁੰਨੇ ਹੋਏ ਆਟੇ ਨੂੰ ਹੱਥ ਨਾਲ ਦਬਾਉਣ ਤੇ ਆਟੇ ਦੇ ਆਟੇ ਦਾ ਆਕਾਰ ਬਦਲ ਜਾਂਦਾ ਹੈ। ਹਾਂਜੀ ਦੂਜੀ ਉਦਾਹਰਨ ਦੇਖੋ ਸਾਈਕਲ ਦੀ ਸੀਟ ਤੇ ਲੱਗਾ ਸਪ੍ਰਿੰਗ ਸਵਾਰੀ ਦੇ ਭਾਰ ਦੇ ਨਾਲ ਹੇਠਾਂ ਚਲਾ ਜਾਂਦਾ ਹੈ ਅਤੇ ਉਸ ਦੀ ਬਨਾਵਟ ਬਦਲ ਜਾਂਦੀ ਹੈ ਇੱਕ ਹੁੱਕ ਜਾਂ ਦੀਵਾਰ ਵਿੱਚ ਲੱਗੇ ਕਿੱਲ ਤੋਂ ਰਬੜ ਦੇ ਛੱਲੇ ਨਾਲ ਲਟਕਦੇ ਭਾਰ ਕਾਰਨ ਇਸ ਦਾ ਸਿਰਾ ਖਿੱਚਿਆ ਜਾਂਦਾ ਹੈ ਹਾਂਜੀ ਇਸ ਤੋਂ ਬਾਅਦ ਦੇਖੋ ਬੱਚੇ ਅਗਲਾ ਪ੍ਰਸ਼ਨ ਹੈ ਸ਼ੋਰ ਅਤੇ ਸੰਗੀਤ ਵਿੱਚ ਕੀ ਅੰਤਰ ਹੈ ਕੀ ਕਦੇ ਸੰਗੀਤ ਸ਼ੋਰ ਬਣ ਸਕਦਾ ਹੈ ਹਾਂਜੀ ਪਹਿਲਾਂ ਦੇਖੋ ਬੱਚੇ ਸ਼ੋਰ ਸ਼ੋਰ ਕੀ ਹੈ ਭੈੜੀਆਂ ਲੱਗਣ ਵਾਲੀਆਂ ਧੁਨੀਆਂ ਨੂੰ ਸ਼ੋਰ ਕਹਿੰਦੇ ਨੇ ਤੇ ਚੰਗੀਆਂ ਲੱਗਣ ਵਾਲੀਆਂ ਧੁਨੀਆਂ ਨੂੰ ਸੰਗੀਤ ਕਹਿੰਦੇ ਨੇ ਸ਼ੋਰ ਇਹ ਧੁਨੀ ਦੁਖਦਾਇਕ ਹੁੰਦੀ ਹੈ ਦੁਖਦਾਇਕ ਮਤਲਬ ਬੱਚੇ ਕਿ ਸ਼ੋਰ ਦੇ ਨਾਲ ਕੀ ਹੈਗਾ ਸਾਨੂੰ ਘਬਰਾਟ ਹੋਣ ਲੱਗ ਜਾਂਦੀ ਹੈ ਉਹ ਨਿੰਦਰਾ ਹੋ ਜਾਂਦਾ ਹੈ ਜਾਂ ਦਿਲ ਦੀ ਧੜਕਣ ਵੱਜ ਜਾਂਦੀ ਹੈ ਜਦ ਕਿ ਸੰਗੀਤ ਹੈ ਇਹ ਧੁਨੀ ਮਜ਼ੇਦਾਰ ਹੈ ਸੰਗੀਤ ਸਾਨੂੰ ਖੁਸ਼ੀ ਦਿੰਦਾ ਹੈ ਹਾਂਜੀ ਸ਼ੋਰ ਦੇਖੋ ਸ਼ੋਰ ਦੇ ਉਦਾਹਰਣ ਕੀ ਹੈ ਬੱਸਾਂ ਅਤੇ ਟਰੱਕਾਂ ਦੇ ਹਾਰਨ ਦੀਆਂ ਧੁਨੀਆਂ ਤੇ ਸੰਗੀਤ ਕੀ ਹੈ ਹਾਰਮੋਨੀਅਮ ਅਤੇ ਸਿਤਾਰ ਦੁਆਰਾ ਪੈਦਾ ਹੋਈਆਂ ਧੁਨੀਆਂ ਇਹ ਸੰਗੀਤ ਦੀ ਉਦਾਹਰਣ ਹਨ ਹਾਂਜੀ ਅਗਲਾ ਪ੍ਰਸ਼ਨ ਸੀਗਾ ਕਿ ਕੀ ਕਦੇ ਸੰਗੀਤ ਸ਼ੋਰ ਬਣ ਸਕਦਾ ਹੈ ਹਾਂਜੀ ਸੰਗੀਤ ਹੈ ਜਿਹੜਾ ਸ਼ੋਰ ਬਣ ਸਕਦਾ ਹੈ ਜਿਵੇਂ ਕਿ ਜਦੋਂ ਅਸੀਂ ਸੰਗੀਤ ਨੂੰ ਬਹੁਤ ਉੱਚੀ ਆਵਾਜ਼ ਦੇ ਵਿੱਚ ਸੁਣਦੇ ਹਾਂ ਜਾਪਕੇ ਲਈ ਵੀ ਜਿਆਦਾ ਉੱਚੀ ਆਵਾਜ਼ ਦੇ ਵਿੱਚ ਜਿਹੜਾ ਸੰਗੀਤ ਹੁੰਦਾ ਹੈ ਉਹ ਕੀ ਹੈ ਫਿਰ ਸ਼ੋਰ ਬਣ ਜਾਂਦਾ ਹੈ। ਹਾਂਜੀ ਅਗਲਾ ਪ੍ਰਸ਼ਨ ਦੇਖੋ। ਹਾਂਜੀ ਅਗਲਾ ਪ੍ਰਸ਼ਨ ਹੈ ਆਪਣੇ ਵਾਤਾਵਰਣ ਵਿੱਚੋਂ ਸ਼ੋਰ ਪ੍ਰਦੂਸ਼ਣ ਦੇ ਸਰੋਤਾਂ ਦੀ ਸੂਚੀ ਬਣਾਓ। ਹਾਂਜੀ ਆਪਣੇ ਵਾਤਾਵਰਣ ਦੇ ਵਿੱਚ ਸ਼ੋਰ ਪ੍ਰਦੂਸ਼ਣ ਦੇ ਕਿਹੜੇ-ਕਿਹੜੇ ਸਰੋਤ ਨੇ ਦੇਖੋ ਵਿਸਫੋਟਕ ਪਟਾਕਿਆਂ ਦੀ ਧੁਨੀ ਬੱਸ ਅਤੇ ਟਰੱਕ ਦੇ ਹਾਰਨ ਦੀਆਂ ਧੁਨੀਆਂ ਮਸ਼ੀਨਾਂ ਦੀ ਧੁਨੀ ਲਾਊਡ ਸਪੀਕਰ ਦੀ ਧੁਨੀ ਉੱਚੀ ਆਵਾਜ਼ ਵਿੱਚ ਚਲਾਏ ਟੈਲੀਵਿਜ਼ਨ, ਟ੍ਰਾਂਜਿਸਟਰ, ਰੇਡੀਓ, ਰਸੋਈ ਦੇ ਕੁਝ ਯੰਤਰ, 쿨ਰ ਆਦਿ ਦੀ ਧੁਨੀ ਤਾਂ ਇਹ ਬੱਚੇ ਸਾਰੇ ਹੀ ਸ਼ੋਰ ਪ੍ਰਦੂਸ਼ਣ ਦੇ ਸਰੋਤ ਹਨ। ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ। ਰਸਾਇਣਿਕ ਖਾਦਾਂ ਅਤੇ ਰੂੜੀ ਖਾਦਾਂ ਵਿੱਚ ਅੰਤਰ ਸਪਸ਼ਟ ਕਰੋ। ਹਾਂਜੀ ਰਸਾਇਣਿਕ ਖਾਦਾਂ ਅਤੇ ਰੂੜੀ ਖਾਦਾਂ ਦੇ ਵਿੱਚ ਕੀ ਅੰਤਰ ਹੈ? ਪਹਿਲਾਂ ਦੇਖੋ ਰਸਾਇਣਿਕ ਖਾਦਾਂ ਅਕਾਰਬਨਿਕ ਪਦਾਰਥ ਹਨ ਜਦਕਿ ਰੂੜੀ ਖਾਦਾਂ ਇਹ ਕਾਰਬਨਿਕ ਪਦਾਰਥ ਹਨ ਜੋ ਕਿ ਪੌਦਿਆਂ ਅਤੇ ਜੰਤੂਆਂ ਦੇ ਵਿਅਰਥ ਪਦਾਰਥਾਂ ਦੇ ਅਪਘਟਨ ਤੋਂ ਤਿਆਰ ਹੁੰਦੀ ਹੈ। ਰਸਾਇਣਿਕ ਖਾਦਾਂ ਦਾ ਉਤਪਾਦਨ ਫੈਕਟਰੀਆਂ ਵਿੱਚ ਕੀਤਾ ਜਾਂਦਾ ਹੈ। ਜਦਕਿ ਰੂੜੀ ਦੀ ਖਾਦ ਦਾ ਉਤਪਾਦਨ ਖੇਤਾਂ ਅਤੇ ਘਰਾਂ ਦੇ ਵਿੱਚ ਖੁੱਲੀ ਥਾਂ ਵਿੱਚ ਕੀਤਾ ਜਾਂਦਾ ਹੈ। ਰਸਾਇਣਿਕ ਖਾਦਾਂ ਭੂਮੀ ਨੂੰ ਮੱਲਣ ਪ੍ਰਦਾਨ ਨਹੀਂ ਕਰਦੀਆਂ। ਜਦਕਿ ਰੂੜੀ ਖਾਦਾਂ ਨੇ ਇਹ ਭੂਮੀ ਨੂੰ ਭਰਪੂਰ ਮਾਤਰਾ ਵਿੱਚ ਮੱਲਣ ਪ੍ਰਦਾਨ ਕਰਦੀਆਂ ਹਨ। ਰਸਾਇਣਿਕ ਖਾਦਾਂ ਦੇਖੋ ਜਿਵੇਂ ਨਾਈਟ੍ਰੋਜਨ, ਫਾਸਫੋਰਸ ਤੇ ਪੋਟਾਸ਼ੀਅਮ ਇਹ ਤੱਤ ਨੇ ਜਿਹੜੇ ਇਹ ਰਸਾਇਣਿਕ ਖਾਦਾਂ ਦੇ ਵਿੱਚ ਭਰਪੂਰ ਮਾਤਰਾ 'ਚ ਹੁੰਦੇ ਨੇ। ਜਰਕੇ ਰੂੜੀ ਖਾਦਾਂ ਦੇ ਵਿੱਚ ਪੋਸ਼ਕ ਤੱਤ ਨੇ ਜਿਹੜੇ ਉਹ ਰਸਾਇਣਿਕ ਖਾਦਾਂ ਦੀ ਤੁਲਨਾ ਵਿੱਚ ਕੀ ਹੈਗਾ ਘੱਟ ਮਾਤਰਾ ਵਿੱਚ ਹੁੰਦੇ ਹਨ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਹਾਂਜੀ ਅਗਲਾ ਪ੍ਰਸ਼ਨ ਹੈ ਜੇਕਰ ਕਣਕ ਨੂੰ ਖਰੀਫ ਦੇ ਮੌਸਮ ਵਿੱਚ ਬੀਜਿਆ ਜਾਵੇ ਤਾਂ ਕੀ ਹੋਵੇਗਾ ਵਰਣਨ ਕਰੋ ਹਾਂਜੀ ਜੇ ਆਪਾਂ ਕਣਕ ਨੂੰ ਖਰੀਫ ਜਾਂ ਸੌਣ ਦੇ ਮੌਸਮ ਵਿੱਚ ਬੀਜੀਏ ਤਾਂ ਕੀ ਹੋਏਗਾ ਹੁੰਦਾ ਇੱਕ ਬੱਚੇ ਜਿਹੜੀ ਕਣਕ ਹੈ ਕਣਕ ਇੱਕ ਰਬੀ ਫਸਲ ਹੈ ਇਸ ਨੂੰ ਉਗਾਉਣ ਦੇ ਲਈ ਘੱਟ ਤਾਪਮਾਨ ਅਤੇ ਘੱਟ ਪਾਣੀ ਦੀ ਲੋੜ ਹੁੰਦੀ ਹੈ ਪਰ ਜੇਕਰ ਕਣਕ ਨੂੰ ਅਸੀਂ ਖਰੀਫ ਜਾਂ ਸੌਣ ਦੇ ਮੌਸਮ ਵਿੱਚ ਬੀਜਿਆ ਜਾਵੇ ਤਾਂ ਵੱਧ ਤਾਪਮਾਨ ਤੇ ਵੱਧ ਪਾਣੀ ਦੇ ਕਾਰਨ ਕਿ ਇਹ ਫਸਲ ਜਿਹੜੀ ਉਹ ਮਰ ਜਾਵੇਗੀ ਜਾਂ ਫਸਲ ਦਾ ਝਾੜ ਹੈ ਜਿਹੜਾ ਉਹ ਬਹੁਤ ਜ਼ਿਆਦਾ ਘਟ ਜਾਵੇਗਾ ਹਾਂਜੀ ਬੱਚੇ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਥਰਮੋਪਲਾਸਟਿਕ ਅਤੇ ਥਰਮੋਸੈਟਿੰਗ ਪਲਾਸਟਿਕ ਵਿੱਚ ਅੰਤਰ ਸਪਸ਼ਟ ਕਰੋ ਹਾਂਜੀ ਬੱਚੇ ਦੇਖੋ ਪਹਿਲਾ ਥਰਮੋਪਲਾਸਟਿਕ ਥਰਮੋਪਲਾਸਟਿਕ ਹੈ ਇਹ ਉਹ ਪਲਾਸਟਿਕ ਹੈ ਜੋ ਗਰਮ ਕਰਨ ਤੇ ਆਸਾਨੀ ਨਾਲ ਰੂਪ ਬਦਲ ਲੈਂਦਾ ਹੈ ਇਸ ਨੂੰ ਥਰਮੋਪਲਾਸਟਿਕ ਕਹਿੰਦੇ ਨੇ ਤੇ ਜਿਹੜਾ ਪਲਾਸਟਿਕ ਗਰਮ ਕਰਨ ਤੇ ਆਸਾਨੀ ਨਾਲ ਰੂਪ ਨਹੀਂ ਬਦਲਦਾ ਉਸ ਨੂੰ ਕੀ ਕਹਿੰਦੇ ਆ ਬੱਚੇ ਥਰਮੋਸੈਟਿੰਗ ਪਲਾਸਟਿਕ ਥਰਮੋਪਲਾਸਟਿਕ ਦਾ ਦੁਬਾਰਾ ਚੱਕਰਨ ਕੀਤਾ ਜਾ ਸਕਦਾ ਹੈ ਜਦਕਿ ਥਰਮੋਸੈਟਿੰਗ ਪਲਾਸਟਿਕ ਦਾ ਦੁਬਾਰਾ ਚੱਕਰਨ ਨਹੀਂ ਕੀਤਾ ਜਾ ਸਕਦਾ ਥਰਮੋਪਲਾਸਟਿਕ ਆਸਾਨੀ ਨਾਲ ਮੁੜ ਜਾਂਦਾ ਹੈ ਜਦਕਿ ਥਰਮੋਸੈਟਿੰਗ ਪਲਾਸਟਿਕ ਇਹ ਆਸਾਨੀ ਨਾਲ ਮੁੜ ਨਹੀਂ ਸਕਦਾ ਅਤੇ ਮੋੜਨ ਤੇ ਕੀ ਹੈ ਟੁੱਟ ਜਾਂਦਾ ਹੈ ਹਾਂਜੀ ਥਰਮੋਸੈਟਿਕ ਪਲਾਸਟਿਕ ਦੇ ਉਦਾਹਰਣ ਦੇਖੋ ਪੋਲੀਥੀਨ ਅਤੇ ਪੀਵੀਸੀ ਥਰਮੋਸੈਟਿੰਗ ਪਲਾਸਟਿਕ ਦੇ ਉਦਾਹਰਣ ਕੀ ਆ ਬੱਚੇ ਦੇਖੋ ਬੇਕਲਾਈਟ ਅਤੇ ਮੈਲਾਮਾਈਨ ਹਾਂਜੀ ਅਗਲਾ ਪ੍ਰਸ਼ਨ ਦੇਖੋ ਉਦਾਹਰਣ ਦੁਆਰਾ ਪ੍ਰਦਰਸ਼ਿਤ ਕਰੋ ਕਿ ਪਲਾਸਟਿਕ ਦਾ ਸੁਭਾਅ ਅਣਖੋਰ ਹੈ ਹਾਂਜੀ ਆਪਾਂ ਇੱਕ ਉਦਾਹਰਣ ਨਾਲ ਸਪਸ਼ਟ ਕਰਨਾ ਹੈ ਕਿ ਪਲਾਸਟਿਕ ਦਾ ਸੁਭਾਅ ਜਿਹੜਾ ਅਣਖੋਰ ਹੈ ਪਲਾਸਟਿਕ ਦਾ ਸੁਭਾਅ ਅਣਖੋਰ ਹੈ ਇਹ ਰਸਾਇਣਿਕ ਪਦਾਰਥਾਂ ਨਾਲ ਵੀ ਕਿਰਿਆ ਨਹੀਂ ਕਰਦਾ ਉਦਾਹਰਣ ਦੇਖੋ ਅਸੀਂ ਸਾਰੇ ਰਸਾਇਣਿਕ ਪਦਾਰਥ ਨੇ ਜਿਹੜੇ ਉਹ ਪਲਾਸਟਿਕ ਦੀਆਂ ਬੋਤਲਾਂ ਵਿੱਚ ਹੀ ਭੰਡਾਰਨ ਕਰਦੇ ਆ ਧਾਤਾਂ ਦੀਆਂ ਬੋਤਲਾਂ ਵਿੱਚ ਨਹੀਂ ਕਰਦੇ ਕਿਉਂਕਿ ਧਾਤਾਂ ਨੇ ਜਿਹੜੀਆਂ ਉਹ ਤੇਜਾਬਾਂ ਦੇ ਨਾਲ ਵਿੱਚ ਕਿਰਿਆ ਕਰ ਲੈਂਦੀਆਂ ਨੇ ਇਸ ਲਈ ਸਾਰੇ ਰਸਾਇਣਿਕ ਪਦਾਰਥ ਜਿਹੜੇ ਉਹ ਪਲਾਸਟਿਕ ਦੀਆਂ ਬੋਤਲਾਂ ਵਿੱਚ ਹੀ ਭੰਡਾਰਿਤ ਕੀਤੇ ਜਾਂਦੇ ਹਨ ਹਾਂਜੀ ਅਗਲਾ ਪ੍ਰਸ਼ਨ ਦੇਖੋ ਵਰਣਨ ਕਰੋ ਮ੍ਰਿਤ ਬਨਸਪਤੀ ਤੋਂ ਕੋਲਾ ਕਿਸ ਤਰ੍ਹਾਂ ਬਣਦਾ ਹੈ ਇਹ ਪ੍ਰਕram ਕੀ ਅਖਵਾਉਂਦਾ ਹੈ ਹਾਂਜੀ ਮ੍ਰਿਤ ਬਨਸਪਤੀ ਤੋਂ ਕੋਲਾ ਬਣਦੀ ਪ੍ਰਕਿਰਿਆ ਦੇਖੋ ਬੱਚੇ ਕੁਦਰਤੀ ਘਟਨਾਵਾਂ ਦੇ ਕਾਰਨ ਸੰਘਣੇ ਜੰਗਲ ਕਈ ਮਿਲੀਅਨ ਸਾਲ ਪਹਿਲਾਂ ਮਿੱਟੀ ਹੇਠਾਂ ਦੱਬ ਗਏ ਉਹਨਾਂ ਉੱਪਰ ਹੋਰ ਮਿੱਟੀ ਜਮ ਜਾਣ ਕਾਰਨ ਉਹ ਨਪੀੜਿਤ ਹੋ ਗਈ ਜਿਵੇਂ ਜਿਵੇਂ ਉਹ ਡੂੰਘੇ ਹੁੰਦੇ ਗਏ ਤਾਪਮਾਨ ਅਤੇ ਦਬਾਅ ਵੀ ਕੀ ਹੈ ਵਾਧਾ ਗਿਆ ਉੱਚੇ ਤਾਪਮਾਨ ਅਤੇ ਉੱਚੇ ਦਬਾਅ ਤੇ ਧਰਤੀ ਵਿੱਚ دبੇ ਪੌਦੇ ਹੌਲੀ ਹੌਲੀ ਕੋਲੇ ਵਿੱਚ ਪਰਵਰਤਿਤ ਹੋ ਗਏ ਤਾਂ ਬੱਚੇ ਮ੍ਰਿਤ ਬਨਸਪਤੀ ਦਾ ਹੌਲੀ ਹੌਲੀ ਕੋਲੇ ਵਿੱਚ ਪਰਿਵਰਤਿਤ ਹੋਣ ਨੂੰ ਕੀ ਕਹਿੰਦਾ ਬੱਚੇ ਕਾਰਬਨੀਕਰਨ ਕਹਿੰਦੇ ਹਨ ਹਾਂਜੀ ਅਗਲਾ ਪ੍ਰਸ਼ਨ ਦੇਖੋ ਹਾਂਜੀ ਅਗਲਾ ਪ੍ਰਸ਼ਨ ਹੈ ਪੈਟਰੋਲੀਅਮ ਨਿਰਮਾਣ ਦੇ ਪ੍ਰਕਿਰਮ ਨੂੰ ਸਮਝਾਓ ਹਾਂਜੀ ਪੈਟਰੋਲੀਅਮ ਕਿਸ ਤਰ੍ਹਾਂ ਬਣਦਾ ਹੈ ਮਰੇ ਹੋਏ ਜੀਵ ਜਿਨ੍ਹਾਂ ਦੇ ਸਰੀਰ ਸਮੁੰਦਰ ਦੇ ਥੱਲੇ ਤੇ ਜੰਮ ਗਏ ਅਤੇ ਮਿੱਟੀ ਦੀਆਂ ਤਹਾਂ ਨਾਲ ਟੱਕ ਗਏ ਲੱਖਾਂ ਸਾਲਾਂ ਵਿੱਚ ਹਵਾ ਦੀ ਅਣਹੋਂਦ ਵਿੱਚ ਉੱਚ ਤਾਪਮਾਨ ਅਤੇ ਉੱਚ ਦਬਾਅ ਨੇ ਕੀ ਕੀਤਾ ਬੱਚੇ ਮਰੇ ਜੀਵਾਂ ਨੂੰ ਪੈਟਰੋਲੀਅਮ ਅਤੇ ਕੁਦਰਤੀ ਗੈਸ ਦੇ ਵਿੱਚ ਤਬਦੀਲ ਕਰ ਦਿੱਤਾ ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ ਹੇਠ ਲਿਖੀਆਂ ਹਾਲਤਾਂ ਵਿੱਚ ਬਲ ਲਾਉਣ ਵਾਲੇ ਕਾਰਕ ਅਤੇ ਜਿਸ ਵਸਤੂ ਉਤੇ ਬਲ ਲੱਗ ਰਿਹਾ ਹੈ ਉਹਨਾਂ ਨੂੰ ਪਛਾਣੋ ਹਰੇਕ ਸਥਿਤੀ ਵਿੱਚ ਜਿਸ ਰੂਪ ਵਿੱਚ ਬਲ ਦਾ ਪ੍ਰਭਾਵ ਵਿਖਾਈ ਦੇ ਰਿਹਾ ਹੈ ਉਸ ਨੂੰ ਵੀ ਦੱਸੋ ਹੁਣ ਦੇਖੋ ਬੱਚੇ ਪਹਿਲਾਂ ਰਸ ਕੱਢਣ ਲਈ ਨਿੰਬੂ ਦੇ ਟੁਕੜਿਆਂ ਨੂੰ ਉਂਗਲਾਂ ਨਾਲ ਦਬਾਉਣਾ ਤੇ ਇਸ ਵਿੱਚ ਬੱਚੇ ਬਲ ਲਗਾਉਣ ਵਾਲਾ ਕਾਰਕ ਕਿਹੜਾ ਹੈਗਾ ਉਂਗਲਾਂ ਜਿਸ ਵਸਤੂ ਤੇ ਬਲ ਲੱਗ ਰਿਹਾ ਹੈ ਕਿਹੜਾ ਹੈਗਾ ਨਿੰਬੂ ਦੇ ਟੁਕੜੇ ਤੇ ਬਲ ਦਾ ਪ੍ਰਭਾਵ ਕੀ ਪੈ ਰਿਹਾ ਬੱਚੇ ਨਿੰਬੂ ਦਾ ਰਸ ਨਿਕਲ ਆਵੇਗਾ ਹਾਂਜੀ ਦੂਜਾ ਦੇਖੋ ਦੰਦ ਮੰਜਨ ਦੀ ਟਿਊਬ ਵਿੱਚੋਂ ਪੇਸਟ ਬਾਹਰ ਕੱਢਣਾ ਬਲ ਲਗਾਉਣ ਵਾਲਾ ਕਾਰਕ ਕਿਹੜਾ ਬੱਚੇ ਉਂਗਲਾਂ ਜਿਸ ਵਸਤੂ ਉਤੇ ਬੱਲ ਲੱਗ ਰਿਹਾ ਹੈ ਉਹ ਕਹੜਾਗਾ ਦੰਤ ਮੰਜਨ ਦੀ ਟਿਊਬ ਤੇ ਬੱਲ ਦਾ ਪ੍ਰਭਾਵ ਕੀ ਪੈ ਰਿਹਾ ਬੱਚੇ ਦੰਤ ਮੰਜਨ ਦੀ ਟਿਊਬ ਵਿੱਚੋਂ ਪੇਸਟ ਬਾਹਰ ਨਿਕਲ ਆਵੇਗਾ ਹਾਂਜੀ ਅੱਗੇ ਦੇਖੋ ਦੀਵਾਰ ਵਿੱਚ ਲੱਗੀ ਹੋਈ ਹੁੱਕ ਤੋਂ ਲਟਕਦੇ ਸਪ੍ਰਿੰਗ ਦੇ ਦੂਜੇ ਸਿਰੇ ਤੇ ਲਟਕਿਆ ਇੱਕ ਭਾਰ ਹਾਂਜੀ ਹੁੰਦੇ ਕੋਈ ਚ ਬੱਲ ਗਾਉਣ ਵਾਲਾ ਕਾਰਕ ਕੀ ਹੈ ਇੱਕ ਭਾਰ ਬੱਲ ਗਾਉਣ ਵਾਲਾ ਕਾਰਕ ਹੈ ਇੱਕ ਭਾਰ ਜਿਸ ਵਸਤੂ ਉਤੇ ਬਲ ਲੱਗ ਰਿਹਾ ਹੈ ਉਹ ਕਿਹੜੀਆਂ ਬੱਚੇ ਸਪਰਿੰਗ ਤੇ ਬਲ ਦਾ ਪ੍ਰਭਾਵ ਕਿ ਪੈ ਰਿਹਾ ਬੱਚੇ ਸਪਰਿੰਗ ਹੈ ਜਿਹੜਾ ਉਹ ਖਿੱਚਿਆ ਜਾਵੇਗਾ ਹਾਂਜੀ ਅਗਲਾ ਪ੍ਰਸ਼ਨ ਦੇਖੋ ਉੱਚੀ ਛਾਲ ਮਾਰਦੇ ਸਮੇਂ ਇੱਕ ਖਿਡਾਰੀ ਦੁਆਰਾ ਇੱਕ ਨਿਸ਼ਚਿਤ ਉਚਾਈ ਜਾਂ ਰੋਕ ਜਾਂ ਡੰਡੇ ਨੂੰ ਪਾਰ ਕਰਨਾ ਹਾਂਜੀ ਇਸ ਸਥਿਤੀ ਦੇ ਵਿੱਚ ਬੱਚੇ ਬਲ ਲਗਾਉਣ ਵਾਲਾ ਕਾਰਕ ਕਿਹੜਾ ਹੈਗਾ ਖਿਡਾਰੀ ਜੇਸੋ ਵਸਤੂ ਉਤੇ ਬਲ ਲੱਗ ਰਿਹਾ ਹੈ ਉਹ ਕੀ ਹੈ ਬੱਚੇ ਖਿਡਾਰੀ ਦੀਆਂ ਲੱਤਾਂ ਤੇ ਬਲ ਦਾ ਪ੍ਰਭਾਵ ਕੀ ਬਾਰੇ ਬੱਚੇ ਉਚਾਈ ਜਾਂ ਡੰਡੇ ਨੂੰ ਪਾਰ ਕਰੇਗਾ ਹਾਂਜੀ ਖਿਡਾਰੀ ਆ ਜਿਹੜਾ ਉਹ ਬਲ ਲਗਾਉਣ ਵਾਲਾ ਕਾਰਕ ਹੈ ਆਪਣੀਆਂ ਲੱਤਾਂ ਉਤੇ ਬਲ ਲਗਾ ਕੇ ਕੀ ਹੈਗਾ ਬਲ ਦਾ ਪ੍ਰਭਾਵ ਕੀ ਪਾਏਗਾ ਬੱਚੇ ਉਹ ਉਚਾਈ ਜਾਂ ਡੰਡੇ ਨੂੰ ਕੀ ਹੈਗਾ ਉਹ ਪਾਰ ਕਰ ਜਾਵੇਗਾ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਹਾਂਜੀ ਅਗਲਾ ਪ੍ਰਸ਼ਨ ਹੈ ਇੱਕ ਹਥਿਆਰ ਬਣਾਉਂਦੇ ਸਮੇਂ ਕੋਈ ਲੋਹਾਰ ਲੋਹੇ ਦੇ ਗਰਮ ਟੁਕੜੇ ਨੂੰ ਹਥੌੜੇ ਨਾਲ ਕੁੱਟਦਾ ਹੈ ਕੁੱਟਣ ਦੇ ਕਾਰਨ ਲੱਗਣ ਵਾਲਾ ਬਲ ਲੋਹੇ ਦੇ ਟੁਕੜੇ ਨੂੰ ਕਿਸ ਤਰ੍ਹਾਂ ਪ੍ਰਭਾਵਿਤ ਕਰਦਾ ਹੈ ਹਾਂਜੀ ਹੁਣ ਦੇਖੋ ਜਦੋਂ ਇੱਕ ਹਥਿਆਰ ਬਣਾਉਂਦੇ ਸਮੇਂ ਲੋਹਾਰ ਲੋਹੇ ਦੇ ਗਰਮ ਟੁਕੜੇ ਨੂੰ ਹਥੌੜ ਨਾਲ ਕੁੱਟਦਾ ਹੈ ਫਿਰ ਕੀ ਹੁੰਦਾ ਬੱਚੇ ਲੋਹੇ ਦੇ ਗਰਮ ਟੁਕੜੇ ਦਾ ਆਕਾਰ ਬਦਲ ਜਾਂਦਾ ਹੈ ਇਸ ਨਾਲ ਇਹ ਪਤਲਾ ਅਤੇ ਚਪਟਾ ਹੋ ਜਾਂਦਾ ਹੈ। ਇਹ ਹਥੌੜੇ ਦੇ ਦੁਆਰਾ ਲੋਹੇ ਦੇ ਟੁਕੜੇ ਤੇ ਬਲ ਲਗਾਉਣ ਕਾਰਨ ਹੁੰਦਾ ਹੈ। ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ। ਆਕਾਸ਼ ਵਿੱਚ ਆਕਾਸ਼ੀ ਬਿਜਲੀ ਅਤੇ ਬੱਦਲ ਗੱਜਣ ਦੀ ਘਟਨਾ ਇੱਕੋ ਸਮੇਂ ਤੇ ਸਾਡੇ ਤੋਂ ਸਮਾਨ ਦੂਰੀ ਉੱਤੇ ਘਟਿਤ ਹੁੰਦੀ ਹੈ। ਸਾਨੂੰ ਆਕਾਸ਼ੀ ਬਿਜਲੀ ਪਹਿਲਾਂ ਵਿਖਾਈ ਦਿੰਦੀ ਹੈ। ਅਤੇ ਬੱਦਲ ਦੀ ਗਰਜ ਬਾਅਦ ਵਿੱਚ ਸੁਣਾਈ ਦਿੰਦੀ ਹੈ ਕੀ ਤੁਸੀਂ ਇਸ ਦੀ ਵਿਆਖਿਆ ਕਰ ਸਕਦੇ ਹੋ ਹਾਂਜੀ ਦੇਖੋ ਬੱਚੇ ਅਸੀਂ ਜਾਣਦੇ ਹਾਂ ਕਿ ਜਿਹੜੀ ਪ੍ਰਕਾਸ਼ ਦੀ ਚਾਲ ਹੈ ਇਹ ਧੁਨੀ ਦੀ ਚਾਲ ਦੇ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ ਇਸ ਲਈ ਜਦੋਂ ਬੱਦਲ ਗੱਜਦੇ ਨੇ ਆਕਾਸ਼ੀ ਬਿਜਲੀ ਅਤੇ ਬੱਦਲ ਨਾਲ ਜਿਹੜੇ ਘਟਨ ਦਾ ਇੱਕੋ ਸਮੇਂ ਹੁੰਦੀ ਹੈ ਪਰ ਕਿਉਂਕਿ ਪ੍ਰਕਾਸ਼ ਦੀ ਚਾਲ ਧੁਨੀ ਦੀ ਚਾਲ ਦੇ ਨਾਲੋਂ ਬਹੁਤ ਜ਼ਿਆਦਾ ਹੁੰਦੀ ਹੈ ਇਸ ਲਈ ਸਾਨੂੰ ਆਕਾਸ਼ ਵਿੱਚ ਆਕਾਸ਼ੀ ਬਿਜਲੀ ਪਹਿਲਾਂ ਦਿਖਾਈ ਦਿੰਦੀ ਹੈ ਅਤੇ ਬੱਦਲ ਦੀ ਗਰਜ ਬਾਅਦ ਵਿੱਚ ਸੁਣਾਈ ਦਿੰਦੀ ਹੈ। ਹਾਂਜੀ ਇਸ ਤੋਂ ਬਾਅਦ ਬੱਚੇ ਅਗਲਾ ਪ੍ਰਸ਼ਨ ਹੈ ਇੱਕ ਮੱਛਰ ਆਪਣੇ ਖੰਭਾਂ ਨੂੰ 551 ਕੰਪਨ ਪ੍ਰਤੀ ਸੈਕਿੰਡ ਦੀ ਔਸਤ ਦਰ ਨਾਲ ਕੰਪਿਤ ਕਰਕੇ ਧੁਨੀ ਪੈਦਾ ਕਰਦਾ ਹੈ। ਤਾਂ ਕੰਪਨ ਦਾ ਅਵਰਤਕਾਲ ਕਿੰਨਾ ਹੈ? ਹੁੰਦੇ ਬੱਚੇ ਇੱਕ ਡੋਲਣ ਪੂਰਾ ਕਰਨ ਲਈ ਲੱਗੇ ਸਮੇਂ ਨੂੰ ਕੀ ਕਹਿੰਦੇ ਆਪਾਂ ਅਵਰਤਕਾਲ ਦਾ ਕੰਪਨ ਦਾ ਅਵਰਤਕਾਲ ਕਿਹਦੇ ਬਰਾਬਰ ਹੁੰਦਾ ਬੱਚੇ 1 ਵਟੇ ਆਵ੍ਰਿਤੀ ਤੇ ਤੇ ਕਿੰਨਾ ਆ ਜਗਾ 1 ਵਟੇ 500 ਤਾਂ ਇਹਦਾ ਅਵਰਤਕਾਲ ਕਿੰਨਾ ਆ ਜਗਾ ਬੱਚੇ 0.002 ਸੈਕਿੰਡ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਹਾਂਜੀ ਅਗਲਾ ਪ੍ਰਸ਼ਨ ਹੈ ਨਦੀਨ ਕੀ ਹੁੰਦੇ ਹਨ ਅਸੀਂ ਇਹਨਾਂ ਨੂੰ ਕਿਵੇਂ ਕੰਟਰੋਲ ਕਰ ਸਕਦੇ ਹਾਂ ਹਾਂ ਦੇਖ ਬੱਚੇ ਪਹਿਲਾਂ ਨਦੀਨ ਕੀ ਹੁੰਦੇ ਨੇ ਖੇਤ ਵਿੱਚ ਫਸਲ ਦੇ ਨਾਲ-ਨਾਲ ਕਈ ਵਾਰ ਫालतू ਪੌਦੇ ਵੀ ਉੱਗ ਆਉਂਦੇ ਹਨ ਇਹਨਾਂ ਪੌਦਿਆਂ ਨੂੰ ਨਦੀਨ ਕਹਿੰਦੇ ਨੇ ਹਾਂਜੀ ਅਸੀਂ ਨਦੀਨਾਂ ਨੂੰ ਹੇਠ ਲਿਕੇ ਢੰਗ ਨਾਲ ਕੰਟਰੋਲ ਕਰ ਸਕਦੇ ਹਾਂ ਕਿਹੜੇ-ਕਿਹੜੇ ਪਹਿਲਾਂ ਦੇਖੋ ਹਲ ਵਾਉਣ ਨਾਲ ਬੀਜ ਬੀਜਣ ਤੋਂ ਪਹਿਲਾਂ ਹਲ ਵਾਉਣ ਨਾਲ ਨਦੀਨ ਜੜੋਂ ਪੁੱਟੇ ਜਾਂਦੇ ਨੇ ਜੋ ਬਾਅਦ ਵਿੱਚ ਸੁੱਕ ਕੇ ਮਿੱਟੀ ਵਿੱਚ ਨਾਲ ਜਾਂਦੇ ਹਨ ਦੂਜਾ ਤਰੀਕਾ ਬੱਚੇ ਹੱਥ ਨਾਲ ਕੱਢਣਾ ਇਸ ਵਿਧੀ ਵਿੱਚ ਜਾਂ ਤਾਂ ਨਦੀਨਾਂ ਨੂੰ ਹੱਥ ਨਾਲ ਜੜੋਂ ਪੁੱਟ ਦਿੱਤਾ ਜਾਂਦਾ ਹੈ ਜਾਂ ਸਮੇਂ-ਸਮੇਂ ਤੇ ਨਦੀਨਾਂ ਨੂੰ ਬਿਲਕੁਲ ਜੜ ਕੋਲੋਂ ਕੱਟ ਦਿੱਤਾ ਜਾਂਦਾ ਹੈ ਹਾਂਜੀ ਬੱਚੇ ਤੀਜੀ ਵਿਧੀ ਕੀ ਹੈ ਰਸਾਇਣਿਕ ਪਦਾਰਥਾਂ ਦੇ ਨਾਲ ਨਦੀਨਾਂ ਨੂੰ ਕੰਟਰੋਲ ਕਰਨਾ ਨਦੀਨਾਂ ਨੂੰ ਰੋਕਣ ਲਈ ਕੁਝ ਨਦੀਨ ਨਾਸ਼ਕਾਂ ਦਾ ਖੜੀ ਫਸਲ ਤੇ ਛਰਕਾਓ ਕੀਤਾ ਜਾਂਦਾ ਹੈ ਜਿਵੇਂ ਕਿ 24D ਅਤੇ ਬੂਟਾ ਕਲੋਰ ਤੇ ਇਹ ਬੱਚੇ ਰਸਾਇਣਿਕ ਪਦਾਰਥ ਨੇ ਜਿਹੜੇ ਕੀ ਨਦੀਨਾਂ ਨੂੰ ਕੰਟਰੋਲ ਕਰਨ ਦੇ ਲਈ ਅਸੀਂ ਵਰਤਦੇ ਆਂ ਹਾਂਜੀ ਬੱਚੇ ਅਗਲਾ ਪ੍ਰਸ਼ਨ ਹੈ ਸਿੰਚਾਈ ਕੀ ਹੈ ਸਿੰਚਾਈ ਦੇ ਦੋ ਅਜਿਹੇ ਢੰਗਾਂ ਦੀ ਵਿਆਖਿਆ ਕਰੋ ਜੋ ਪਾਣੀ ਦੀ ਬਚਤ ਕਰਦੇ ਹਨ ਹਾਂ ਦੇਖੋ ਬੱਚੇ ਪਹਿਲਾਂ ਸਿੰਚਾਈ ਕੀ ਹੈ ਫਸਲਾਂ ਨੂੰ ਵੱਖ-ਵੱਖ ਅੰਤਰਾਲ ਤੇ ਜ਼ਰੂਰਤ ਅਨੁਸਾਰ ਪਾਣੀ ਦੇਣਾ ਸਿੰਚਾਈਕਾ ਹੁੰਦਾ ਹੈ ਪਾਣੀ ਦੀ ਬਚਤ ਦੇ ਸਿੰਚਾਈ ਦੇ ਢੰਗ ਹੇਠ ਲਿਖੇ ਨੇ ਪਹਿਲਾ ਕਿਹੜਾ ਹੈਗਾ ਫੁਹਾਰਾ ਪ੍ਰਣਾਲੀ ਹਾਂਜੀ ਫੁਹਾਰਾ ਪ੍ਰਣਾਲੀ ਕੀ ਹੈ ਇਸ ਪ੍ਰਣਾਲੀ ਵਿੱਚ ਲੰਬਾਤਮਕ ਰੂਪ ਵਿੱਚ ਖੜੀਆਂ ਪਾਈਪਾਂ ਜਿਨ੍ਹਾਂ ਦੇ ਸਿਰੇ ਤੇ ਘੁੰਮਣ ਵਾਲੀਆਂ ਨੋਜ਼ਲਾਂ ਫਿੱਟ ਕੀਤੀਆਂ ਹੁੰਦੀਆਂ ਹਨ ਨੂੰ ਕੁਝ ਦੂਰੀ ਤੇ ਜੋੜਿਆ ਜਾਂਦਾ ਜਦੋਂ ਮੁੱਖ ਪਾਈਪ ਵਿੱਚ ਪਾਣੀ ਉੱਚ ਦਬਾਅ ਤੇ ਛੱਡਿਆ ਜਾਂਦਾ ਹੈ ਤਾਂ ਘੁੰਮ ਰਹੀਆਂ ਨੋਜ਼ਲਾਂ ਵਿੱਚੋਂ ਇਹ ਬਾਹਰ ਆਉਂਦਾ ਹੈਗਾ ਇਹ ਪਾਣੀ ਵਰਖਾ ਵਾਂਗ ਫਸਲਾਂ ਤੇ ਛਿੜਕਿਆ ਜਾਂਦਾ ਹੈਗਾ ਇਸ ਨਾਲ ਪਾਣੀ ਦੀ ਬਚਤ ਹੁੰਦੀ ਹੈ ਹਾਂਜੀ ਬੱਚੇ ਫੁਹਾਰਾ ਪ੍ਰਣਾਲੀ ਦੇ ਵਿੱਚ ਕੀ ਹੈਗਾਗਾ ਇਸ ਫੁਹਾਰਾ ਪ੍ਰਣਾਲੀ ਦੇ ਵਿੱਚ ਕੀ ਹੈ ਬੱਚੇ ਲੰਬਾਤਮਕ ਰੂਪ ਵਿੱਚ ਖੜੀਆਂ ਪਾਈਪਾਂ ਫਿਟ ਕੀਤੀਆਂ ਜਾਂਦੀਆਂ ਨੇ ਜਿਨ੍ਹਾਂ ਦੇ ਸਿਰੇ ਤੇ ਕੀ ਹੈਗਾ ਘੁੰਮਣ ਵਾਲੀਆਂ ਨੋਜ਼ਲਾਂ ਫਿਟ ਕੀਤੀਆਂ ਜਾਂਦੀਆਂ ਨੇ ਇਹਨਾਂ ਘੁੰਮਣ ਵਾਲੀਆਂ ਨੋਜ਼ਲਾਂ ਦੇ ਵਿੱਚੋਂ ਕੀ ਹੈਗਾ ਪਾਣੀ ਹੈ ਜਿਹੜਾ ਮੀਂਹ ਦੇ ਰੂਪ ਦੇ ਵਿੱਚ ਫਸਲ ਫਸਲ ਦੇ ਉੱਪਰ ਪੈਂਦਾ ਹੈਗਾ ਤੇ ਇਸ ਨਾਲ ਕੀ ਹੈਗਾ ਬੱਚੇ ਪਾਣੀ ਦੀ ਬਚਤ ਹੁੰਦੀ ਹੈ ਤੇ ਦੂਜਾ ਤਰੀਕਾ ਕੀ ਹੈਗਾ ਤੁਪਕਾ ਪ੍ਰਣਾਲੀ ਹਾਂਜੀ ਤੁਪਕਾ ਪ੍ਰਣਾਲੀ ਕੀ ਹੈ ਇਸ ਪ੍ਰਣਾਲੀ ਵਿੱਚ ਪਾਣੀ ਤੁਪਕਾ ਤੁਪਕਾ ਕਰਕੇ ਜੜਾਂ ਦੇ ਨੇੜੇ ਵਾਲੀ ਜਗ੍ਹਾ ਤੇ ਛੱਡਿਆ ਜਾਂਦਾ ਹੈ ਇਸ ਪ੍ਰਣਾਲੀ ਵਿੱਚ ਪਾਣੀ ਦਾ ਇੱਕ ਵੀ ਤੁਪਕਾ ਅਜਾਇਨ ਨਹੀਂ ਜਾਂਦਾ ਇਸ ਨਾਲ ਪਾਣੀ ਦੀ ਬਹੁਤ ਬਚਤ ਹੁੰਦੀ ਹੈ ਤਾਂ ਬੱਚੇ ਟਪਕਾ ਪ੍ਰਣਾਲੀ ਦੇ ਵਿੱਚ ਜਿਹੜਾ ਪਾਣੀ ਹੈ ਉਹ ਸਿੱਧਾ ਹੀ ਪੌਦਿਆਂ ਦੀਆਂ ਜੜ੍ਹਾਂ ਨੂੰ ਦਿੱਤਾ ਜਾਂਦਾ ਹੈ ਜਿਸ ਦੇ ਨਾਲ ਕੀ ਹੈਗਾ ਪਾਣੀ ਦਾ ਇੱਕ ਵੀ ਟਪਕਾ ਕੀ ਹੈਗਾ ਬਰਬਾਦ ਨਹੀਂ ਹੁੰਦਾ ਇਸ ਨਾਲ ਪਾਣੀ ਦੀ ਬਹੁਤ ਬਚਤ ਹੋ ਜਾਂਦੀ ਹੈ ਹਾਂਜੀ ਇਸ ਤੋਂ ਬਾਅਦ ਬੱਚੇ ਅਗਲਾ ਪ੍ਰਸ਼ਨ ਦੇਖੋ ਹਾਂਜੀ ਅਗਲਾ ਪ੍ਰਸ਼ਨ ਹੈ ਕੀ ਦੰਦ ਸਾਫ ਕਰਨ ਵਾਲੇ ਬੁਰਸ਼ ਦੇ ਵਾਲ ਅਤੇ ਹੱਥਾ ਇੱਕ ਹੀ ਪਦਾਰਥ ਦੇ ਬਣਨੇ ਚਾਹੀਦੇ ਨੇ ਆਪਣਾ ਉੱਤਰ ਸਪਸ਼ਟ ਕਰੋ ਤਾਂ ਦੇਖੋ ਬੱਚੇ ਦੰਦ ਸਾਫ ਕਰਨ ਵਾਲੇ ਬੁਰਸ਼ ਦੇ ਵਾਲ ਅਤੇ ਹੱਥਾ ਇੱਕ ਹੀ ਪਦਾਰਥ ਦੇ ਨਹੀਂ ਬਣਨੇ ਚਾਹੀਦੇ ਹਾਂਜੀ ਕਿਉਂ ਨਹੀਂ ਬਣਨੇ ਚਾਹੀਦੇ ਕਿਉਂਕਿ ਬੁਰਸ਼ ਦਾ ਜਿਹੜਾ ਹੱਥ ਹੈਗਾ ਉਹ ਸਖਤ ਅਤੇ ਮਜ਼ਬੂਤ ਹੋਣਾ ਚਾਹੀਦਾ ਜਦਕਿ ਇਸ ਦੇ ਵਾਲ ਕਿਨੇ ਹੋ ਨਰਮ ਅਤੇ ਲਚਕਦਾਰ ਹੋਣੇ ਚਾਹੀਦੇ ਨੇ ਇਸ ਲਈ ਬੁਰਸ਼ ਦੇ ਵਾਲ ਅਤੇ ਹੱਥਾਂ ਇੱਕ ਹੀ ਪਦਾਰਥ ਦੇ ਨਹੀਂ ਬਣਨੇ ਚਾਹੀਦੇ ਹਾਂਜੀ ਅਗਲਾ ਪ੍ਰਸ਼ਨ ਹੈ ਬੱਚੇ ਬਹੁਤ ਇੰਪੋਰਟੈਂਟ ਕੁਐਸਚਨ ਹੈ ਅਗਲਾ ਹਾਂਜੀ ਜਿੱਥੋਂ ਤੱਕ ਸੰਭਵ ਹੋ ਸਕੇ ਪਲਾਸਟਿਕ ਦੀ ਵਰਤੋਂ ਤੋਂ ਬਚੋ ਇਸ ਕਥਨ ਤੇ ਸਲਾਹ ਦਿਓ ਹਾਂਜੀ ਜਿੱਥੋਂ ਤੱਕ ਸੰਭਵ ਹੋ ਸਕੇ ਪਲਾਸਟਿਕ ਦੀ ਵਰਤੋਂ ਤੋਂ ਬਚੋ ਕਿਉਂਕਿ ਇਹ ਇੱਕ ਜੈਵ ਅਵਿਗਟਨਸ਼ੀਲ ਪਦਾਰਥ ਹੈ ਇਹ ਵਾਤਾਵਰਨ ਵਿੱਚ ਜਲਦੀ ਅਪਘਟਿਤ ਨਹੀਂ ਹੁੰਦਾ ਜਾਂ ਕਹਿ ਲਓ ਕਿ ਇਹ ਵਾਤਾਵਰਨ ਦੇ ਵਿੱਚ ਜਲਦੀ ਗਲਦਾ ਨਹੀਂ ਹੈ ਅਤੇ ਇਹ ਵਾਤਾਵਰਨ ਦੋਸਤਾਨਾ ਵੀ ਨਹੀਂ ਹੁੰਦਾ। ਇਹ ਵਾਤਾਵਰਨ ਦੇ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਪਲਾਸਟਿਕ ਜਲਨ ਤੇ ਜ਼ਹਿਰੀਲਾ ਧੂੰਆਂ ਪੈਦਾ ਕਰਦਾ ਹੈ ਅਤੇ ਜੇ ਪਲਾਸਟਿਕ ਦੀਆਂ ਥੈਲੀਆਂ ਕੂੜੇ ਵਿੱਚ ਸੁੱਟ ਦਿੱਤੀਆਂ ਜਾਣ ਤਾਂ ਉਹਨਾਂ ਨੂੰ ਕੀ ਆ ਬੱਚੇ ਪਸ਼ੂ ਨਿਗਲ ਲੈਂਦੇ ਨੇ ਜੋ ਇਹਨਾਂ ਦੀ ਸਾਹ ਪ੍ਰਣਾਲੀ ਵਿੱਚ ਘਟਣ ਕਰਦਾ ਹੈ। ਤਾਂ ਬੱਚੇ ਕਈ ਵਾਰ ਕੀ ਆਪਾਂ ਪਲਾਸਟਿਕ ਦੇ ਲਫਾਫਿਆਂ ਦੇ ਵਿੱਚ ਕੋਈ ਖਾਣ ਵਾਲੀ ਚੀਜ਼ ਪਾ ਕੇ ਛੱਡ ਦਿੰਨੇ ਆ ਤਾਂ ਉੱਥੇ ਕੀ ਹੈਗਾ ਜਾਨਵਰ ਆਉਂਦੇ ਨੇ ਜਾਨਵਰ ਉਹ ਪਲਾਸਟਿਕ ਦੇ ਲਫਾਫੇ ਦੇ ਵਿੱਚ ਖਾਣ ਵਾਲੀ ਚੀਜ਼ ਦੇਖਦੇ ਨੇ ਤੇ ਉਹ ਕੀ ਹੈਗਾ ਉਹ ਪਲਾਸਟਿਕ ਦੇ ਲਫਾਫੇ ਵੀ ਨਾਲ ਹੀ ਨਿਕਲ ਜਾਂਦੇ ਨੇ ਜਿਹਦੇ ਕਰਕੇ ਕੀ ਹੈ ਬੱਚੇ ਉਹਨਾਂ ਦੀ ਸਾਹ ਪ੍ਰਣਾਲੀ ਦੇ ਵਿੱਚ ਘੁੱਟਣ ਮਹਿਸੂਸ ਹੁੰਦੀ ਹੈ ਜਾਂ ਉਹਨਾਂ ਦੇ ਪੇਟ ਦੇ ਵਿੱਚ ਜਾ ਕੇ ਜਿਹੜੇ ਇਹ ਪਲਾਸਟਿਕ ਦੇ ਲਫਾਫੇ ਨੇ ਕਈ ਵਾਰ ਇਹ ਫਸ ਜਾਂਦੇ ਨੇ ਜਿਸ ਦੇ ਨਾਲ ਕੀ ਹੈ ਉਹਨਾਂ ਉਹਨਾਂ ਪਸ਼ੂਆਂ ਦੀ ਕੀ ਹੈ ਮੌਤ ਵੀ ਹੋ ਸਕਦੀ ਹੈ ਇਸ ਲਈ ਜਿੱਥੋਂ ਤੱਕ ਸੰਭਵ ਹੋ ਸਕੇ ਪਲਾਸਟਿਕ ਦੇ ਵਰਤੋਂ ਤੋਂ ਸਾਨੂੰ ਬਚਣਾ ਚਾਹੀਦਾ ਹੈ। ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ ਸਮਝਾਓ ਪਥਰਾਟ ਬਾਲਣ ਖਤਮ ਹੋਣ ਵਾਲੇ ਕੁਦਰਤੀ ਸਾਧਨ ਕਿਉਂ ਹਨ? ਹੁਣ ਦੇਖੋ ਬੱਚੇ ਜਿਹੜੇ ਪਥਰਾਟ ਬਾਲਣ ਨੇ ਇਹਨਾਂ ਨੂੰ ਬਣਨ ਤੇ ਮਿਲੀਅਨ ਸਾਲ ਲੱਗ ਜਾਂਦੇ ਨੇ। ਇਹ ਧਰਤੀ ਹੇਠ ਦੱਬੇ ਪੌਦੇ ਅਤੇ ਜੰਤੂਆਂ ਤੋਂ ਉੱਚੇ ਤਾਪਮਾਨ ਅਤੇ ਉੱਚੇ ਦਬਾਅ ਤੇ ਬਣਦੇ ਹਨ। ਇਹਨਾਂ ਨੂੰ ਪ੍ਰਯੋਗਸ਼ਾਲਾ ਵਿੱਚ ਨਹੀਂ ਬਣਾਇਆ ਜਾ ਸਕਦਾ ਇਹਨਾਂ ਦੇ ਸਾਧਨ ਸੀਮਿਤ ਨੇ ਕਿਉਂਕਿ ਬੱਚੇ ਇਹਨਾਂ ਨੂੰ ਮਿਲੀਅਨ ਸਾਲ ਕਰੋੜਾਂ ਮਿਲੀਅਨ ਸਾਲ ਲੱਗ ਜਾਂਦੇ ਨੇ ਬਣਨ ਦੇ ਲਈ ਤਾਂ ਇਹਨਾਂ ਨੂੰ ਅਸੀਂ ਲਗਾਤਾਰ ਵਰਤੀ ਜਾ ਰਹੇ ਹਾਂਗੇ ਇਹਨਾਂ ਨੂੰ ਅਸੀਂ ਪ੍ਰਯੋਗਸ਼ਾਲਾ ਦੇ ਵਿੱਚ ਤਾਂ ਤਿਆਰ ਕਰ ਨਹੀਂ ਸਕਦੇ ਹੈਗੇ ਇਸ ਲਈ ਅਸੀਂ ਇਹਨੂੰ ਲਗਾਤਾਰ ਵਰਤ ਰਹੇ ਹਾਂ ਪਰ ਬਣਨ ਨੂੰ ਪਰ ਇਹਨਾਂ ਨੂੰ ਬਣਨ ਨੂੰ ਕਰੋੜਾਂ ਸਾਲ ਲੱਗ ਜਾਂਦੇ ਨੇ ਤਾਂ ਇਸ ਲਈ ਇਹਨਾਂ ਦੇ ਸਾਧਨ ਜਿਹੜੇ ਸੀਮਿਤ ਨੇ ਇਸ ਲਈ ਸਾਨੂੰ ਪਥਰਾਟ ਬਣਨ ਦੇ ਵਰਤੋਂ ਧਿਆਨਪੂਰਵਕ ਕਰਨੀ ਚਾਹੀਦੀ ਹੈ ਨਹੀਂ ਤਾਂ ਇਹ ਕਿਹ ਹੈ ਖਤਮ ਹੋ ਜਾਣਗੇ ਕਿਉਂਕਿ ਬੱਚੇ ਪਥਰਾਟ ਬਾਲਣ ਨੂੰ ਕਈ ਕਰੋਨਾ ਸਾਲਾਂ ਚ ਬਣਦੇ ਨੇ ਠੀਕ ਹੈ ਪਹਿਲਾਂ ਆਪਾਂ ਨੂੰ ਇਹਨਾਂ ਬਾਰੇ ਜਾਣਕਾਰੀ ਨਹੀਂ ਸੀਗੀ ਪਰ ਹੁਣ ਇਹਨਾਂ ਬਾਰੇ ਜਾਣਕਾਰੀ ਹੋ ਗਈ ਤਾਂ ਆਪਾਂ ਲਗਾਤਾਰ ਜਦੋਂ ਇਹਨਾਂ ਨੂੰ ਵਰਤਦੇ ਰਹਾਂਗੇ ਤਾਂ ਉਨੀ ਰਫਤਾਰ ਦੇ ਨਾਲ ਇਹਨਾਂ ਨੇ ਬਣਨਾ ਨਹੀਂ ਹੈਗਾ ਜਿੰਨੀ ਰਫਤਾਰ ਦੇ ਨਾਲ ਆਪਾਂ ਨੂੰ ਵਰਤ ਰਹੇ ਹਾਂਗੇ ਜਿਹਦੇ ਨਾਲ ਕਿ ਇਹ ਹੌਲੀ-ਹੌਲੀ ਇਹ ਬਾਲਣ ਨੇ ਇੱਕ ਦਿਨ ਖਤਮ ਹੋ ਜਾਣਗੇ ਇਸ ਲਈ ਸਾਨੂੰ ਪਥਰਾਟ ਬਾਲਣ ਦੇ ਵਰਤੋਂ ਹੈ ਧਿਆਨਪੂਰਵਕ ਕਰਨੀ ਚਾਹੀਦੀ ਹੈ ਨਹੀਂ ਤਾਂ ਇਹ ਖਤਮ ਹੋ ਜਾਣਗੇ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਸਮਾਪਤ ਹੋਣ ਵਾਲੇ ਅਤੇ ਨਾ ਸਮਾਪਤ ਹੋਣ ਵਾਲੇ ਕੁਦਰਤੀ ਸਾਧਨ ਕੀ ਹਨ ਹਾਂਜੀ ਸਮਾਪਤ ਹੋਣ ਵਾਲੇ ਕੁਦਰਤੀ ਸਾਧਨ ਕੀ ਕੀ ਨੇ ਇਹ ਉਹ ਸਾਧਨ ਜੋ ਕੁਦਰਤ ਵਿੱਚ ਸੀਮਿਤ ਮਾਤਰਾ ਵਿੱਚ ਹਨ ਅਤੇ ਮਨੁੱਖੀ ਕਿਰਿਆਵਾਂ ਦੁਆਰਾ ਸਮਾਪਤ ਹੋ ਸਕਦੇ ਹਨ ਤਾਂ ਬੱਚੇ ਜਿਹੜੇ ਸਾਧਨ ਕੁਦਰਤ ਵਿੱਚ ਸੀਮਿਤ ਮਾਤਰਾ 'ਚ ਮੌਜੂਦ ਨੇ ਤੇ ਜੇ ਲਗਾਤਾਰ ਮਨੁੱਖ ਇਹਨਾਂ ਨੂੰ ਵਰਤਦਾ ਰਿਹਾ ਤਾਂ ਇਹ ਕੀ ਇੱਕ ਦਿਨ ਸਮਾਪਤ ਹੋ ਜਾਣਗੇ ਤਾਂ ਉਹਨਾਂ ਸਾਧਨਾਂ ਨੂੰ ਕੀ ਕਹਿੰਦੇ ਸਮਾਪਤ ਹੋਣ ਵਾਲੇ ਕੁਦਰਤੀ ਸਾਧਨ ਜਿਵੇਂ ਕਿ ਦੇਖੋ ਪੈਟਰੋਲੀਅਮ ਜੰਗਲੀ ਜੀਵ ਕੋਲਾ ਆਦਿ ਦੂਜੇ ਨੇ ਬੱਚੇ ਨਾ ਸਮਾਪਤ ਹੋਣ ਵਾਲੇ ਕੁਦਰਤੀ ਸਾਧਨ ਇਹ ਕਿਹੜੇ ਹੁੰਦੇ ਨੇ ਇਹ ਉਹ ਸਾਧਨ ਨੇ ਜੋ ਕੁਦਰਤ ਵਿੱਚ ਅਸੀਮਿਤ ਹਨ ਅਤੇ ਮਨੁੱਖੀ ਕਿਰਿਆਵਾਂ ਦੁਆਰਾ ਇਹ ਸਮਾਪਤ ਨਹੀਂ ਹੁੰਦੇ ਇਹਨਾਂ ਨੂੰ ਨਾ ਸਮਾਪਤ ਹੋਣ ਵਾਲੇ ਕੁਦਰਤੀ ਸਾਧਨ ਕਿਹਾ ਜਾਂਦਾ ਹੈ ਜਿਸ ਤਰ੍ਹਾਂ ਕਿ ਸੂਰਜ ਦਾ ਪ੍ਰਕਾਸ਼ ਹੈ ਸੂਰਜ ਨਮੱਚੇ ਰੋਜ਼ ਚੜ੍ਹਨਾ ਹੁੰਦਾ ਤਾਂ ਆਪਾਂ ਸੂਰਜ ਦੇ ਪ੍ਰਕਾਸ਼ ਨੂੰ ਆਪਾਂ ਆਪਣੇ ਸੂਰਜ ਦੇ ਪ੍ਰਕਾਸ਼ ਨੂੰ ਆਪਾਂ ਕੀ ਕਰੇਗਾ ਬੱਚੇ ਆਪਣੇ ਕੰਮ ਦੇ ਲਈ ਆਪਾਂ ਵਰਤ ਸਕਦੇ ਹਾਂ ਜਿਵੇਂ ਸੋਲਰ ਲਾਈਟਾਂ ਲਗਾ ਸਕਦੇ ਆਪਾਂ ਠੀਕ ਹੈ ਸੋਲਰ ਕੁੱਕਰ ਨੇ ਉੱਥੇ ਵਰਤ ਸਕਦੇ ਆਪਾਂ ਤਾਂ ਸੂਰਜੀ ਪ੍ਰਕਾਸ਼ ਹੈ ਜਿਹੜਾ ਸੂਰਜ ਦਾ ਪ੍ਰਕਾਸ਼ ਹੈ ਇਹ ਇੱਕ ਨਾ ਸਮਾਪਤ ਹੋਣ ਵਾਲਾ ਕੁਦਰਤੀ ਸਾਧਨ ਹੈ ਇਸੇ ਤਰ੍ਹਾਂ ਬੱਚੇ ਹਵਾ ਹੈਗਾ ਹਵਾ ਦਾ ਉਪਯੋਗ ਵੀ ਆਪਾਂ ਪੌਣ ਚੱਕੇ ਨੇ ਸਹਾਇਤਾ ਦੇਣ ਆਪਾਂ ਹਵਾ ਦਾ ਉਪਯੋਗ ਕਰਕੇ ਬਿਜਲੀ ਪੈਦਾ ਕਰ ਸਕਦੇ ਹਾਂਗੇ ਤਾਂ ਇਹ ਕਿਉਂਕਿ ਹਵਾ ਨੇ ਵੀ ਚੱਲਣਾ ਹੈਗਾ ਤਾਂ ਇਹ ਸਾਰੇ ਹੀ ਕਿਹੜੇ ਨੇ ਨਾ ਸਮਾਪਤ ਹੋਣ ਵਾਲੇ ਕੁਦਰਤੀ ਸਾਧਨ ਨੇ ਇਹਨਾਂ ਨੂੰ ਆਪਾਂ ਬਾਰ-ਬਾਰ ਆਪਾਂ ਵਰਤ ਸਕਦੇ ਹਾਂਗੇ ਤਾਂ ਇਹ ਸਾਰੇ ਸੂਰਜ ਦਾ ਪ੍ਰਕਾਸ਼ ਹਵਾ ਇਹ ਕਿਨੇ ਨਾ ਸਮਾਪਤ ਹੋਣ ਵਾਲੇ ਕੁਦਰਤੀ ਸਾਧਨ ਹਾਂਜੀ ਇਸ ਤੋਂ ਬਾਅਦ ਬੱਚੇ ਅਗਲਾ ਪ੍ਰਸ਼ਨ ਦੇਖੋ ਹਾਂਜੀ ਅਗਲਾ ਪ੍ਰਸ਼ਨ ਕੀ ਹੈ ਤੁਸੀਂ ਆਪਣੇ ਹੱਥ ਵਿੱਚ ਪਾਣੀ ਨਾਲ ਭਰੀ ਇੱਕ ਪਲਾਸਟਿਕ ਦੀ ਬਾਲਟੀ ਨੂੰ ਲਟਕਾਇਆ ਹੋਇਆ ਹੈ ਬਾਲਟੀ ਉੱਤੇ ਲੱਗਣ ਵਾਲੇ ਬਲਾਂ ਦੇ ਨਾਂ ਦੱਸੋ ਸਲਾਹ ਮਸ਼ਾਰਾ ਕਰੋ ਕਿ ਬਾਲਟੀ ਉੱਤੇ ਲੱਗਣ ਵਾਲੇ ਬਲਾਂ ਦੁਆਰਾ ਇਸ ਦੀ ਗਤੀ ਦੀ ਅਵਸਥਾ ਵਿੱਚ ਪਰਿਵਰਤਨ ਕਿਉਂ ਨਹੀਂ ਹੁੰਦਾ ਹੁਣ ਦੇ ਇੱਕੋ ਬੱਚੇ ਜਦੋਂ ਸੀ ਆਪਣੇ ਹੱਥ ਵਿੱਚ ਪਾਣੀ ਨਾਲ ਭਰੀ ਇੱਕ ਪਲਾਸਟਿਕ ਦੀ ਬਾਲਟੀ ਨੂੰ ਫੜਿਆ ਹੋਇਆ ਹੈ ਤਾਂ ਬਾਲਟੀ ਉੱਤੇ ਦੋ ਬਲ ਲੱਗ ਰਹੇ ਨੇ ਕਿਹੜੇ-ਕਿਹੜੇ ਇੱਕ ਤਾਂ ਪੇਸ਼ੀਬਲ ਸਾਡੀਆਂ ਮਾਸਪੇਸ਼ੀਆਂ ਦਾ ਬਲ ਜਿਹੜਾ ਉੱਪਰ ਵੱਲ ਨੂੰ ਖਿੱਚ ਰਿਹਾ ਬਾਲਟੀ ਨੂੰ ਤੇ ਦੂਜਾ ਕਿਹੜਾ ਬੱਚੇ ਧਰਤੀ ਦਾ ਗਰੋਤਾ ਬਲ ਜਿਹੜਾ ਬਾਲਟੀ ਨੂੰ ਹੇਠਾਂ ਵੱਲ ਖਿੱਚ ਰਿਹਾ ਤਾਂ ਇਹ ਦੋਵੇਂ ਬਲ ਮਾਤਰਾ ਵਿੱਚ ਸਮਾਨ ਹਨ ਅਤੇ ਉਲਟ ਦਿਸ਼ਾ ਵਿੱਚ ਲੱਗ ਰਹੇ ਹਨ ਇਸ ਲਈ ਬਾਲਟੀ ਉੱਤੇ ਲੱਗਣ ਵਾਲੇ ਬਲਾਂ ਦੁਆਰਾ ਇਸ ਦੀ ਅਵਸਥਾ ਵਿੱਚ ਪਰਿਵਰਤਨ ਨਹੀਂ ਹੁੰਦਾ ਹਾਂਜੀ ਬੱਚੇ ਅਗਲਾ ਪ੍ਰਸ਼ਨ ਦੇਖੋ ਕਿਸੇ ਉਪਗ੍ਰਹ ਨੂੰ ਇਸ ਦੇ ਪਥ ਵਿੱਚ ਸਥਾਪਿਤ ਕਰਨ ਦੇ ਲਈ ਕਿਸੇ ਰੌਕੇਟ ਨੂੰ ਉੱਪਰ ਵੱਲ ਪ੍ਰੇਖਿਤ ਕੀਤਾ ਗਿਆ। ਸਥਾਪਿਤ ਮੰਚ ਨੂੰ ਛੱਡਣ ਤੋਂ ਤੁਰੰਤ ਬਾਅਦ ਰੌਕੇਟ ਉੱਤੇ ਲੱਗਣ ਵਾਲੇ ਬਲਾਂ ਦੇ ਨਾਂ ਦੱਸੋ। ਹਾਂਜੀ ਬੱਚੇ ਜਦੋਂ ਰੌਕੇਟ ਉੱਪਰ ਵੱਲ ਜਾ ਰਿਹਾ ਤਾਂ ਉਹਦੇ ਉੱਤੇ ਕਿਹੜੇ-ਕਿਹੜੇ ਬਲ ਲੱਗ ਰਹੇ ਨੇ? ਤਾਂ ਦੇਖੋ ਬੱਚੇ ਰੌਕੇਟ ਉੱਤੇ ਲੱਗਣ ਵਾਲੇ ਬਲ। ਉੱਪਰ ਵੱਲ ਕਿਹੜਾ ਬਲ ਲੱਗ ਰਿਹਾ ਹੈਗਾ? ਰੌਕੇਟ ਦੇ ਇੰਜਣ ਦੁਆਰਾ ਲਗਾਇਆ ਗਿਆ ਬਲ ਇਹ ਉੱਪਰ ਵੱਲ ਨੂੰ ਲੱਗ ਰਿਹਾ ਹੈ ਤੇ ਧਰਤੀ ਦਾ ਗੁਰੂਤਵੀ ਬਲ ਹੈ ਜਿਹੜਾ ਉਹ ਰੌਕਟ ਤੇ ਵੱਲ ਨੂੰ ਲੱਗ ਰਿਹਾ ਹੈਗਾ ਧਰਤੀ ਦਾ ਗੁਰੂਤਵੀ ਬਲ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਹੈ ਇੱਕ ਪੈਂਡਲਮ 4 ਸੈਕਿੰਡ ਅਤੇ ਇੱਕ ਪੈਂਡਲਮ 4 ਸੈਕਿੰਡ ਵਿੱਚ 40 ਵਾਰ ਡੋਲਨ ਕਰਦਾ ਹੈ ਇਸ ਦਾ ਅਵਰਤਕਾਲ ਅਤੇ ਆਵ੍ਰਿਤੀ ਪਤਾ ਕਰੋ ਹੁੰਦੇ ਕੋ ਬੱਚੇ ਆਵ੍ਰਿਤੀ ਕੀ ਹੁੰਦੀ ਹੈ ਪਹਿਲਾਂ ਪ੍ਰਤੀ ਸੈਕਿੰਡ ਹੋਣ ਵਾਲੀਆਂ ਡੋਲਣਾ ਦੀ ਸੰਖਿਆ ਨੂੰ ਡੋਲਣ ਦੀ ਆਵ੍ਰਿਤੀ ਕਹਿੰਦੇ ਨੇ ਆਵ੍ਰਿਤੀ ਕਿਹਦੇ ਬਰਾਬਰ ਹੁੰਦੀ ਹੈ ਬੱਚੇ ਕੁੱਲ ਡੋਲਣਾ ਦੀ ਸੰਖਿਆ बटे ਕੁੱਲ ਲੱਗਿਆ ਸਮਾਂ ਕੁੱਲ ਕਿੰਨੇ ਡੋਲਣ ਹੋਏ ਨੇ ਬੱਚੇ 40 ਤੇ ਕਿੰਨਾ ਸਮਾਂ ਲੱਗੇਗਾ 4 ਸੈਕਿੰਡ ਤਾਂ ਇਸ ਲਈ ਆਵ੍ਰਿਤੀ ਕਿੰਨੀ ਆ ਗਈ ਬੱਚੇ 10 ਹਰਟਜ਼ ਹਾਂਜੀ ਇੱਕ ਡੋਲਣ ਪੂਰਾ ਕਰਨੇ ਲੱਗੇ ਸਮੇਂ ਨੂੰ ਕੀ ਕਹਿੰਦਾ ਬੱਚੇ ਅਵਰਤਕਾਲ ਤੇ ਅਵਰਤਕਾਲ ਹੈ ਜਿਹੜਾ ਇਹ ਕਿਹਦੇ ਬਰਾਬਰ ਹੁੰਦਾ ਹੈ 1 बटे ਆਵ੍ਰਿਤੀ ਦੇ ਤਾਂ ਅਵਰਤਕਾਲ ਕਿੰਨਾ ਹੋ ਗਿਆ ਬਟੇ ਬੱਚੇ 1 बटे 10 ਕਿੰਨਾ ਆ ਗਿਆ 0.1 ਸੈਕਿੰਡ ਤਾਂ ਆਵ੍ਰਤੀ ਆ ਗਈ 10 ਹਰਟਜ਼ ਤੇ ਆਵਰਤਕਾਲ ਕਿੰਨਾ ਆ ਗਿਆ ਬੱਚੇ 0.1 ਸੈਕਿੰਡ ਹਾਂਜੀ ਇਸ ਤੋਂ ਬਾਅਦ ਅਗਲਾ ਪ੍ਰਸ਼ਨ ਦੇਖੋ ਬੱਚੇ ਹਾਂਜੀ ਅਗਲਾ ਪ੍ਰਸ਼ਨ ਹੈ ਹੇਠਾਂ ਦਿੱਤੇ ਸਾਜ਼ਾਂ ਵਿੱਚ ਉਸ ਭਾਗ ਨੂੰ ਪਛਾਣੋ ਜੋ ਧੁਨੀ ਪੈਦਾ ਕਰਨ ਲਈ ਕੰਪਨ ਕਰਦਾ ਹੈ ਪਹਿਲਾਂ ਦੇਖੋ ਬੱਚੇ ਢੋਲ ਢੋਲ ਦੇ ਵਿੱਚ ਕਿਹੜਾ ਭਾਗ ਹੈ ਜਿਹੜਾ ਧੁਨੀ ਪੈਦਾ ਕਰਨ ਲਈ ਕੰਪਨ ਕਰਦਾ ਹੈ ਇਹ ਹੈ ਬੱਚੇ ਢੋਲ ਦੀ ਖਿੱਚੀ ਝੀਲੀ ਜਦ ਢੋਲ ਦੀ ਇਸ ਖਿੱਚੀ ਝੀਲੀ ਤੇ ਹੱਥ ਨਾਲ ਹੌਲੀ-ਹੌਲੀ ਮਾਰਿਆ ਜਾਂਦਾ ਤਾਂ ਇਸ ਦੇ ਕੰਪਨ ਨਾਲ ਧੁਨੀ ਪੈਦਾ ਹੁੰਦੀ ਹੈ ਹਾਂਜੀ ਦੂਜਾ ਸਾਜ਼ ਹੈ ਸਿਤਾਰ ਸਿਤਾਰ ਦੇ ਵਿੱਚ ਧੁਨੀ ਪੈਦਾ ਕਰਨ ਲਈ ਕੀ ਚੀਜ਼ ਕੰਪਨ ਕਰਦੀ ਹੈ ਬੱਚੇ ਤਾਰਾਂ ਜਦ ਸਿਤਾਰ ਦੀਆਂ ਤਾਰਾਂ ਨੂੰ ਖਿੱਚਿਆ ਜਾਂਦਾ ਤਾਂ ਇਹਨਾਂ ਦੇ ਕੰਪਨ ਨਾਲ ਧੁਨੀ ਪੈਦਾ ਹੁੰਦੀ ਹੈ। ਹਾਂਜੀ ਬੱਚੇ ਤੀਜਾ ਸਾਜ਼ ਹੈ ਬੰਸਰੀ। ਬੰਸਰੀ ਦੇ ਵਿੱਚ ਧੁਨੀ ਪੈਦਾ ਕਰਨ ਲਈ ਕੀ ਧੁਨੀ ਪੈਦਾ ਕਰਨ ਲਈ ਕੀ ਵਰਤਿਆ ਜਾਂਦਾ ਬੱਚੇ? ਹਵਾ। ਹਵਾ ਦਾ ਕਾਲਮ ਵਰਤਿਆ ਜਾਂਦਾ ਵਿੱਚ। ਜਦ ਅਸੀਂ ਆਪਣੇ ਮੂੰਹ ਨਾਲ ਫੂਕ ਮਾਰਦੇ ਹਾਂ ਤਾਂ ਬੰਸਰੀ ਦੇ ਅੰਦਰ ਦੀ ਹਵਾ ਕੰਪਨ ਕਰਕੇ ਧੁਨੀ ਪੈਦਾ ਕਰਦੀ ਹੈ। ਤਾਂ ਬੱਚੇ ਇਹ ਸੀ ਆਪਣੇ 8ਵੀਂ ਕਲਾਸ ਦੀ ਤਿਆਰੀ ਦੇ ਲਈ। ਅੱਜ ਆਪਾਂ ਨੇ ਤਿੰਨ ਅੰਕਾਂ ਵਾਲੇ ਪ੍ਰਸ਼ਨ ਜਿਹੜੇ ਉਹ ਡਿਸਕਸ ਕਰ ਰਹੇ ਨੇ ਤਾਂ ਬੱਚੇ ਜਿਹੜੇ ਇੱਕ ਅੰਕਾਂ ਵਾਲੇ ਦੋ ਅੰਕਾਂ ਵਾਲੇ ਜਾਂ ਤਿੰਨ ਅੰਕਾਂ ਵਾਲੇ ਪ੍ਰਸ਼ਨ ਜਿਹੜੇ ਵੀ ਆਪਾਂ ਨੇ ਡਿਸਕਸ ਕੀਤੇ ਨੇ ਇਹ ਬਠਿੰਡਾ ਤੋਂ ਮੈਡਮ ਨੀਹਾ ਗਰਗ ਸੇਖੂ ਦੁਆਰਾ ਤਿਆਰ ਕੀਤੇ ਗਏ ਨੇ ਅਸੀਂ ਮੈਡਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂਗੇ ਤੇ ਬੱਚੇ ਉਮੀਦ ਕਰਦੇ ਆ ਕਿ ਤੁਹਾਨੂੰ ਇਹਨਾਂ ਪ੍ਰਸ਼ਨਾਂ ਦੇ ਨਾਲ ਆਪਣੇ ਬੋਰਡ ਦੀ ਪ੍ਰੀਖਿਆ ਦੀ ਤਿਆਰੀ ਕਰਨ ਦੇ ਵਿੱਚ ਬਹੁਤ ਸਹਾਇਤਾ ਮਿਲੇਗੀ ਬੱਚੇ ਅੱਜ ਦੀ ਇਸ ਵੀਡੀਓ ਨੂੰ ਦੇਖਣ ਦੇ ਲਈ ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ